ਤਰਨਤਾਰਨ ਤੋਂ ਪਿਛਲੇ ਦਿਨੀ ਮੁਹੱਲਾ ਮੁਰਾਦਪੁਰਾ ਦੀ ਰਹਿਣ ਵਾਲੀ ਦਲਿਤ ਔਰਤ ਮਨਪ੍ਰੀਤ ਕੌਰ ਨੇ ਇੱਕ ਫਾਈਨਾਂਸ ਕੰਪਨੀ ਉੱਪਰ ਦੋਸ਼ ਲਗਾਏ ਕਿ ਉਸ ਦਾ ਪਤੀ ਫੌਜ ਵਿੱਚ ਦੇਸ਼ ਦੀ ਰਾਖੀ ਕਰ ਰਿਹਾ ਹੈ ਅਤੇ ਉਸ ਦੀ ਗੈਰ ਹਾਜ਼ਰੀ ਵਿੱਚ ਉਕਤ ਫਾਈਨਾਂਸ ਕੰਪਨੀ ਦੇ ਕਰਿੰਦੇ ਜਬਰਨ ਉਸ ਦੇ ਘਰ ਵਿੱਚੋਂ ਟਰੱਕ ਲੈ ਗਏ ਜਦੋਂ ਕਿ ਸਾਡੇ ਵੱਲੋਂ ਇਸ ਟਰੱਕ ਦੀਆਂ ਸਾਰੀਆਂ ਕਿਸ਼ਤਾਂ ਤਾਰ ਦਿੱਤੀਆਂ ਗਈਆਂ ਹੋਈਆਂ ਹਨ। ਇਸ ਘਟਨਾ ਨੂੰ ਲੈ ਕੇ ਉਕਤ ਔਰਤ ਵੱਲੋਂ ਵਾਲਮੀਕਿ ਭਾਈਚਾਰੇ ਦੀ ਮਦਦ ਨਾਲ SSP ਦਫ਼ਤਰ ਦੇ ਬਾਹਰ ਸ਼ਾਂਤੀਮਈ ਢੰਗ ਨਾਲ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਘਟਨਾ ਸੰਬੰਧੀ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ 7 ਦਿਨਾਂ ਦੇ ਅੰਦਰ ਅੰਦਰ ਆਰੋਪੀਆਂ ਖਿਲਾਫ਼ ਕਾਰਵਾਈ ਕਰਕੇ ਪੀੜਤ ਮਹਿਲਾ ਨੂੰ ਇਨਸਾਫ਼ ਨਾ ਦਵਾਇਆ ਤਾਂ ਜ਼ਿਲ੍ਹੇ ਭਰ ਵਿੱਚ ਚੱਕਾ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਵੀਰ ਜੀ, ਮੈਂ 3 ਮਹੀਨੇ ਹੋ ਗਏ ਕੇਸ ਲਾਏ ਨੂੰ, ਕੋਈ ਮਤਲਬ ਕਾਰਵਾਈ ਨਹੀਂ ਪਾਉਣ ਡੇ ਹੈਗੇ। ਮੇਰੇ ਛੋਟੇ ਛੋਟੇ ਬੱਚੇ ਨੇ, ਮੇਰਾ ਘਰ ਵਾਲਾ ਫੌਜੀ ਆ, ਡਿਊਟੀ 'ਤੇ ਨੇ, ਅਤੇ ਫਿਰ ਵੀ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇੱਥੇ ਆਉਂਦੀ ਹਾਂ, ਕੋਈ ਸਾਹਿਬ ਮਤਲਬ ਕੋਈ ਸੁਣਾਈ ਨਹੀਂ ਕਰਨ ਡਿਆ ਜੀ। 3,31,000 ਰੁਪਈਆ ਸਾਡਾ ਪਹੁੰਚ ਚੁੱਕਾ ਵਾ, ਅਸੀਂ ਸਾਰੇ ਮਤਲਬ ਸਾਰਾ ਮਤਲਬ ਸਾਡਾ ਪੈਸਾ ਵੀ ਚਲੇ ਗਿਆ, ਗੱਡੀ ਵੀ ਚਲੇ ਗਈ, ਕੋਈ ਇਨਸਾਫ਼ ਨਹੀਂ ਹੋਣ ਡਿਆ ਸਾਡੇ ਨਾਲ। ਗੱਡੀ ਦਾ ਵੀਰ ਜੀ, ਗੱਡੀ ਸਾਡੀ, ਅਸੀਂ ਗੱਡੀ ਦਾ ਫੈਂਸ ਕਰਾਇਆ ਸੀ ਗੱਡੀ ਤੋਂ, ਕਿਹਦੇ ਕੋਲੋਂ? ਅਤੇ ਇਹ ਪ੍ਰਦੀਪ ਕੋਲੋਂ ਜੀ। ਕਿਹੜੀ ਕੰਪਨੀ? ਇਹ MK ਕੰਪਨੀ ਦੇ ਆ। ਹਾਂਜੀ, ਅਤੇ ਉਹਨਾਂ ਕੋਲ ਫਾਈਨੈਂਸ ਕਰਾਇਆ ਸੀ, ਸਾਡੇ ਕੋਲ ਸਾਰੇ ਡਾਕੂਮੈਂਟ, ਸਾਡੇ ਕੋਲ ਸਾਰਾ ਪ੍ਰੂਫ ਹੈ ਜੀ, ਤਾਂ ਵੀ ਨਹੀਂ ਸਾਡੀ ਕੋਈ ਸੁਣਾਈ ਕਰਨ ਦੇ। ਕਿਸ਼ਤਾਂ ਕਰਾਈਆਂ ਤੁਸੀਂ? ਹਾਂਜੀ ਹਾਂਜੀ, ਕਿਸ਼ਤਾਂ ਕਰਾਈਆਂ ਸੀ। ਹਾਂਜੀ, ਹਾਂਜੀ, ਸਾਰੇ ਦੇ ਦਿੱਤੇ ਜੀ। ਕਿੰਨੇ ਪੈਸੇ ਉਹਨਾਂ ਨੇ ਫਾਈਨੈਂਸ ਕਰਾਏ ਤੁਸੀਂ ਟਰੱਕ ਲਿਆ ਜਦੋਂ? 2.5 ਲੱਖ ਰੁਪਈਆ ਜੀ। ਅਤੇ ਕਿੰਨੇ ਪੈਸੇ ਦੀ ਮੋੜ ਚੁੱਕੇ ਜੀ? ਅਸੀਂ 3,00,000 ਅਤੇ 3,31,000 ਰੁਪਈਆ ਮੋੜ ਚੁੱਕੇ ਹਾਂ। ਹਾਂਜੀ ਜੀ, ਦੋ ਕਿਸ਼ਤਾਂ ਸੀ। ਕਿਹਦੇ ਕੋਲ ਆ? ਉਹ ਪ੍ਰਦੀਪ ਕੋਲ ਜੀ, ਸਾਡੀ ਗੱਡੀ ਦਾ ਉਹਨਾਂ ਨੇ ਵੇਚ ਵੀ ਦਿੱਤੀ। ਜਬਰਨ ਚੁੱਕ ਕੇ ਲੈ ਗਏ? ਹਾਂਜੀ। ਅਤੇ ਉਸ ਖਿਲਾਫ਼ ਦੀ ਫਿਰ ਸ਼ਿਕਾਇਤ ਕੀਤੀ ਪੁਲਿਸ ਨੂੰ? ਹਾਂਜੀ ਕੀਤੀ ਹੈ ਜੀ, ਕੋਈ ਸੁਣਾਈ ਨਹੀਂ ਕਰਨ ਡਿਆ। ਕਿਹੜਾ ਜਾਂਚ ਅਧਿਕਾਰੀ ਕਿਹੜਾ ਵੇਖਣ ਡੇ ਆ? DSP ਦਲਬਾਗ ਸਿੰਘ। ਕਿੰਨੇ ਚਿਰ ਹੋ ਗਿਆ? 3 ਮਹੀਨੇ ਹੋ ਗਏ ਜੀ। ਕੀ ਆਉਂਦੇ ਹੋ? ਹਜੇ ਕਦੀ ਕੁਛ ਕਹਿ ਦਿੰਦੇ, ਕਦੀ ਕੁਛ ਕਹਿ ਦਿੰਦੇ, ਕੋਈ ਮਤਲਬ ਲੀਡਰ ਨਹੀਂ ਸੁਣਾਈ ਕਰ ਰਹੇ। 3 ਮਹੀਨੇ ਹੋ ਗਏ ਤੁਹਾਨੂੰ? 3 ਮਹੀਨੇ ਹੋ ਗਏ ਜੀ। ਤੁਸੀਂ ਕੀ ਮੰਗ ਕਰਦੇ? ਅਸੀਂ ਇਹੀ ਮੰਗ ਕਰਦੇ ਹਾਂ, ਸਾਡੇ ਨਾਲ ਇਨਸਾਫ਼ ਕੀਤਾ ਜਾਵੇ ਜੀ, ਪਰਚਾ ਦਰਜ ਕੀਤਾ ਜਾਵੇ, ਜਦ ਅਸੀਂ ਧਰਨਾ ਲਾ ਲਓ। ਕਿੰਨਾ ਖਰਾਬ ਪ੍ਰਦੀਪ ਹੁਣਾਂ ਕੋਲ? ਹਾਂਜੀ, ਗਰੀਬਾਂ ਵਾਸਤੇ ਤੇ ਧਰਨਿਆਂ ਵਾਸਤੇ ਅਸੀਂ ਅੱਗੇ ਰੇਲਾਂ ਰੱਖੀਆਂ। ਪਿਆਰੀ ਸਾਹਿਬ ਸਿੰਘ ਜੀ, ਸਰਕਾਰ ਨੂੰ ਪਤਾ ਆ ਵੀ ਸਾਡੇ ਭਗਵਾਨ ਵਾਲਮੀ, ਮੈਂ ਸੰਤ ਸਮਾਜ ਦਾ ਚੇਅਰਮੈਨ ਹਾਂ, ਕਿ ਪਿਆਰੀ ਸਾਹਿਬ ਸਿੰਘ ਜੀ, ਅਸੀਂ ਅੱਗੇ ਵੀ 2-3 ਵਾਰੀ ਆਏ ਹਾਂ, ਇਹ ਗਰੀਬਣੀ ਵਿਚਾਰੀ ਰੁਲਦੀ ਫਿਰਦੀ ਆ, ਘਰ ਵਾਲਾ ਇਹਦਾ ਫੌਜੀ ਆ, ਅਤੇ ਪਿਆਰੀ ਸਾਹਿਬ ਸਿੰਘ ਜੀ ਇਹਦੀ ਸੁਣਾਈ ਨਹੀਂ ਸਰਕਾਰ ਕਰਦੀ। ਹੱਥ ਜੋੜ ਕੇ ਸਾਡੀ ਬੇਨਤੀ ਆ ਮੁਲਾਜ਼ਮਾਂ ਨੂੰ, ਇਹ DSP ਨੂੰ ਵੀ ਸਾਡੀ ਸੁਣਾਈ ਕਰੋ, ਪਰਚੇ ਕਰੋ, ਜੇਕਰ ਨਹੀਂ ਪਰਚੇ ਕਰੋਗੇ ਅਸੀਂ ਇਹਦੇ 'ਤੇ ਧਰਨਾ ਦੇਵਾਂਗੇ, ਸੜਕਾਂ ਰੋਕਾਂਗੇ। ਮੈਂ ਭਗਵਾਨ ਵਾਲਮੀ ਏਕਤਾ ਸੰਘਰਸ਼ ਦਲ ਤੋਂ ਰਣਜੀਤ ਸਿੰਘ ਝਾਮਕਾ, ਵਾਈਸ ਚੇਅਰਮੈਨ ਪੰਜਾਬ, ਸਾਡੇ ਕੌਮੀ ਚੇਅਰਮੈਨ ਸੰਦੀਪ ਸਿੰਘ ਜੰਡਿਆਲਾ, ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਹੇਠ ਜੋ ਕਿ ਉਹਨਾਂ ਨੇ ਇੱਕ ਮੁਹਿੰਮ ਵਿੰਢੀ ਹੈ ਵੀ ਜੋ ਆਹ ਦਲਿਤ ਸਮਾਜ ਆ ਉਹਨਾਂ ਨੂੰ ਇਨਸਾਫ਼ ਦਵਾਇਆ ਜਾਵੇ, ਜਿਹਦੇ ਤਹਿਤ ਅਸੀਂ ਮਨਪ੍ਰੀਤ ਕੌਰ, ਜਿਨ੍ਹਾਂ ਦੇ ਪਿਤਾ ਜੀ ਆਪਣੇ ਇਹਨਾਂ ਦੇ ਹਸਬੈਂਡ ਜਿਹੜੇ ਆ ਉਹ ਆਰਮੀ ਦੇ ਵਿੱਚ ਨੇ, ਅਤੇ ਇਹਨਾਂ ਦੇ ਨਾਲ ਜੋ ਵੀ ਧੱਕਾ ਹੋਇਆ ਉਹਦੇ ਬਾਰੇ ਪਹਿਲਾਂ ਹੀ ਸੁਣਿਆ, ਜਿਹਦੇ ਵਿੱਚ ਇਹਨਾਂ ਨੇ ਐਸੀ ਐਕਟ ਇਹਨਾਂ ਨੇ ਲਾਗੂ ਕਰਾਇਆ ਵੀ ਸਾਨੂੰ ਐਸੀ ਮਤਲਬ ਐਸੀ ਨਾਲ ਮਤਲਬ ਇਹਨਾਂ ਨੇ ਜਲੀਲ ਕੀਤਾ ਚੂੜਾ ਵਗੈਰਾ ਕਹਿ ਕੇ, ਜਿਹਦੇ ਵਿੱਚ ਇਹਨਾਂ ਨੇ ਦੱਸਿਆ ਵੀ ਸਾਡਾ ਜਿਹੜਾ ਟਰੱਕ ਵਗੈਰਾ ਅਸੀਂ ਲਾਇਸੈਂਸ ਕਰਾਇਆ ਜਿਹਦੀਆਂ ਕਿਸ਼ਤਾਂ ਰੈਗੂਲਰ ਜਾਂਦੀਆਂ ਰਹੀਆਂ ਵਾ, ਜਿਹਦੇ ਤਹਿਤ ਇਹਨਾਂ ਨੇ ਆਖਿਆ ਵੀ ਅਸੀਂ ਉਹਨਾਂ ਨੂੰ ਜਿੰਨਾ ਪੈਸਾ ਇਹਨਾਂ ਨੇ ਬਣਿਆ ਵਿਆਸ ਵਿੱਚ ਸਾਰਾ ਮੋੜ ਚੁੱਕੇ ਹਾਂ, 2 ਲੱਖ ਦੇ ਕੁਝ ਇਹਨਾਂ ਨੇ ਦੱਸਿਆ ਸੀ ਜਿਹਦੇ ਉਹਨਾਂ ਨੇ ਫਾਈਨੈਂਸ ਕੀਤਾ, ਅਤੇ 3,00,000 ਅਤੇ 31,000 ਰੁਪਏ ਇਹਨਾਂ ਨੇ ਦੇ ਚੁੱਕੇ ਆ, ਅਤੇ ਇਹਨਾਂ ਦਾ ਟਰੱਕ ਵੀ ਚੁੱਕ ਲਿਆ ਉਲਟਾ ਇਹਨਾਂ 'ਤੇ ਜੋ ਵੀ ਇਹਨਾਂ ਨੇ ਆਪਣਾ ਚੈੱਕ ਵਗੈਰਾ ਵੀ ਲਗਾ ਤੇ, ਅਤੇ ਪਹਿਲਾਂ ਇਹਨਾਂ ਨੇ DSP ਸਾਹਿਬ ਨੇ ਪਹਿਲਾਂ ਸ਼ੋਧ ਕੀਤੀ ਹੋਈ ਸੀ, ਸ਼ੋਧ ਕਰਕੇ ਭੇਜਤਾ ਵੀ ਠੀਕ ਹੈ ਸੱਚ ਆ, ਜਿਹਦੇ ਵਿੱਚ ਆਪਣੇ DSP ਢਿੱਲੋਂ ਸਾਹਿਬ ਸੀ, ਉਸ ਤੋਂ ਬਾਅਦ ਆਪਣੇ DSP ਦਲਬਾਗ ਸਿੰਘ ਹੋਣਾਂ ਨੇ ਵੀ ਇਹੀ ਉਹਨਾਂ ਨੇ ਜੋ ਵੀ ਪਾਇਆ ਉਹ ਵੀ ਸੱਚ ਪਾਇਆ, ਤੱਥ ਪਾਏ, 2 ਵਾਰੀ ਉਹਦੀ ਇਨਕੁਆਇਰੀ ਹੋ ਚੁੱਕੀ ਹੈ ਪਰ ਅੱਜ ਤੱਕ SP ਸਾਹਿਬ ਨੇ ਕੋਈ ਵੀ ਆਪਣਾ ਪਰਚਾ ਨਹੀਂ ਦਿੱਤਾ ਹਾਲੇ ਤੱਕ। ਹਾਂ, ਰੀਡਰ ਸਾਹਿਬ ਅਸੀਂ ਮੰਗ ਕਰਦੇ ਇਹਨਾਂ ਨੂੰ ਜੋ ਜਾਂਦੇ ਉਹਨਾਂ ਨੇ ਇਨਸਾਫ਼ ਦਵਾਇਆ ਜਾਵੇ, ਇਹਨਾਂ ਨੂੰ ਜੋ ਪਰਚਾ ਦਰਜ ਬਣਦਾ ਉਹ ਕੀਤਾ ਜਾਵੇ, ਜੇ ਨਹੀਂ ਕੋਈ ਕਾਰਵਾਈ ਕਰੀ ਕੁਛ ਤਾਂ ਫਿਰ ਅਸੀਂ ਸੰਤ ਸਮਾਜ, ਸਾਡੇ ਮਹਾਰਾਜ ਭਜਨ ਨਾਥ ਜੀ, ਕੌਮੀ ਚੇਅਰਮੈਨ ਸੰਦੀਪ ਸਿੰਘ ਜੰਡਿਆਲਾ ਸਮੇਤ ਅਸੀਂ ਚੱਕਾ ਜਾਮ ਕਰਾਂਗੇ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਤਰਨਤਾਰਨ ਤੋਂ ਰਿਸ਼ਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ।